ਕਹਿੰਦੇ ਛੱਡਣ ਵਾਲੇ ਨੇ ਨਹੀਂ ਸੋਚਣਾ ਹੁੰਦਾ ਕਿ ਸਾਹਮਣੇ ਵਾਲੇ ਤੇ ਕੀ ਬੀਤੂਗੀ, ਜਿਹਨੇ ਨਿਭਾਉਣੀ ਆ ਨਾ ਉਹਨੇ ਨਿਭਾ ਹੀ ਲੈਣੀ ਆ, ਤੇ ਜਿਹਨੇ ਛੱਡਣਾ ਉਹਨੇ ਛੱਡਣ ਵਾਸਤੇ ਕੋਈ ਨਾ ਕੋਈ ਤਰਕੀਬ ਤਾਂ ਲਾ ਹੀ ਲੈਣੀ ਆ। ਇਹ ਤਾਂ ਕਹਿਣ ਦੀਆਂ ਗੱਲਾਂ ਹੁੰਦੀਆਂ ਮਿੱਠਿਆ ਕਿ ਰੱਬ ਨੂੰ ਇਹ ਮਨਜ਼ੂਰ ਸੀ, ਜੇ ਤੂੰ ਚਾਹੁੰਦਾ ਨਾ ਹੁਣੇ ਤਾਂ ਤੇਰਾ ਸਾਥ ਦੇਣਾ ਜ਼ਰੂਰ ਸੀ, ਪਰ ਜਦੋਂ ਡਾਵਾਂ ਡੋਲ ਹੀ ਕਿਤੇ ਨਾ ਕਿਤੇ ਤੂੰ ਆਪ ਸੀ, ਤੇਰੇ ਦਿਲ ਵਿੱਚ ਵੀ ਥੋੜ੍ਹਾ ਬਹੁਤ ਤਾਂ ਪਾਪ ਸੀ। ਫਿਰ ਦੱਸੋ ਆਪਾਂ ਨੂੰ ਕਿਵੇਂ ਮਿਲਾਉਂਦਾ, ਜਦੋਂ ਦੋ ਬੇੜੀਆਂ ਵਿੱਚ ਪੈਰ ਰੱਖਣ ਲਈ ਤੂੰ ਆਪ ਹੀ ਤਿਆਰ ਸੀ, ਤੇਰੇ ਮੇਰੇ ਮੇਲ ਦੱਸ ਫਿਰ।